ਹਾਂਜੀ ਜੀ ਡਾ ਬਾਬਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਅਸੀਂ ਲਈ ਇੱਕ ਬਹੁਤ ਵੱਡੀ ਜਿਹੀ ਗੁੱਡ ਨਿਊਜ਼ ਲੈ ਕੇ ਆਏ ਹਾਂ ਜੋ ਕਿ ਕੈਨੇਡਾ ਦੀ ਤਰਫ ਤੋਂ ਆਪਣੇ ਲਈ ਆਈ ਹੈਗੀ ਜੋ ਕਿ 1 ਅਕਤੂਬਰ 2022 ਤੋਂ ਜਿਹੜੀ ਸ਼ੁਰੂ ਹੋਣ ਵਾਲੀ ਹੈਗੀ ਤਾਂ ਇਸ ਨੂੰ ਪੂਰੀ ਡਿਟੇਲ ਦੇ ਵਿੱਚ ਦੱਸੂਗਾ ਤਾਂ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਅੰਤ ਤੱਕ ਜੁੜ ਦੇਖ ਲਿਓ ਤੁਹਾਡੇ ਲਈ ਇਨਫੋਰਮੇਟਿਵ ਹੋਊਗੀ ਤੇ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਨੇ ਵੀ ਕੈਨੇਡਾ ਨੂੰ ਜਾਣਾਂਗਾ ਹਾਂਜੀ ਸਭ ਤੋਂ ਪਹਿਲਾਂ ਸਾਨੂੰ ਕਹਿਣਾ ਚਾਹੁੰਦਾ ਕਿ ਕੈਨੇਡਾ ਵੱਲੋਂ ਜਿਹੜੀ ਕੋਵਿਡ-19 ਨੂੰ ਲੈ ਕੇ ਜੋ ਹਦਾਇਤਾਂ ਦਿੱਤੀਆਂ ਸੀ ਉਹ ਸਾਰੀਆਂ ਹਦਾਇਤਾਂ ਖਤਮ ਕਰ ਦਿੱਤੀਆਂ ਗਈਆਂ ਨੇ ਗਿਆ ਜਿਵੇਂ ਕਿ ਤੁਹਾਨੂੰ ਪਤਾ ਸਭ ਤੋਂ ਪਹਿਲੀ ਜਿਹੜੀ ਪ੍ਰੋਬਲਮ ਜਿਹੜੀ ਆਉਂਦੀ ਸੀ ਕਾਫੀ ਜਣੇ ਜਿਹੜੇ ਕੁਐਸਚਨ ਕਰਦੇ ਸੀ ਕਿ ਸਾਡੇ ਵੈਕਸੀਨ ਨਹੀਂ ਲੱਗੀ ਹੋਈ ਜਾਂ ਸਾਡੇ ਵੈਕਸੀਨ ਇਸ ਕੰਪਨੀ ਦੀ ਲੱਗੀ ਹੈ ਕਿ ਜੋ ਕੈਨੇਡਾ ਦੇ ਵਿੱਚ ਪ੍ਰੂਵ ਨਹੀਂ ਹੈਗੀ ਕਿ ਅਸੀਂ ਟਰੈਵਲ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਹੁਣ 1 ਅਕਤੂਬਰ ਤੋਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹੁੰਦਾ ਕਿ ਉਹ ਜਿਹੜੇ ਹੈਗੇ ਸੀ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਸੀ ਜਾਂ ਫਿਰ ਜਿਨ੍ਹਾਂ ਦੇ ਦੋਨੋਂ ਡੋਜ਼ਸ ਵੈ ਤਦ ਉਹਨਾਂ ਨੂੰ ਟੈਸਟ ਕਰਵਾਉਣ ਦੀ ਵੀ ਜਰੂਰਤ ਨਹੀਂ ਹੈਗੀ ਆਪਦੀ ਕੋਵਿਡ-19 ਦੀ ਰਿਪੋਰਟ ਦਿਖਾਉਣ ਦੀ ਜਰੂਰਤ ਨਹੀਂ ਹੈਗੀ ਤੇ ਨਾ ਹੀ ਵੈਕਸੀਨੇਸ਼ਨ ਦੀ ਰਿਪੋਰਟ ਦਿਖਾਉਣ ਦੀ ਜਰੂਰਤ ਹੈ ਕਿ ਸਾਡੇ ਲਈ ਵੈਕਸੀਨੇਸ਼ਨ ਜਿਹੜੀ ਸਾਡੇ ਲੱਗੀ ਹੋਈ ਹੈਗੀ ਕਿਉਂਕਿ ਕੈਨੇਡਾ ਵੱਲੋਂ ਇਹ ਚੀਜ਼ ਖਤਮ ਕਰ ਦਿੱਤੀ ਗਈ ਹੈ ਤੇ ਸੈਕੰਡ ਆਪਾਂ ਨੂੰ ਜਿਹੜਾ ਹੈਗਾ ਅਰਾਈਵ ਕੈਨ ਜਿਹੜੀ ਫਿਲ ਕਰਨੀ ਪੈਂਦੀ ਸੀ ਜਦੋਂ ਵੀ ਆਪਾਂ ਉਹ ਟਰੈਵਲ ਕਰਦੇ ਸੀਗੇ ਤਾਂ ਅਰਾਈਵ ਕੈਨ ਐਪ ਨੂੰ ਵੀ ਫਿਲ ਕਰਨ ਦੀ ਜਰੂਰਤ ਨਹੀਂ ਹੈਗੀ ਉਹ ਇੱਕ ਆਪਸ਼ਨਲ ਜਿਹੜੀ ਹੈਗੀ ਉਹਨਾਂ ਨੇ ਕਰ ਦਿੱਤੀ ਹੈ ਕਿ ਜੇਕਰ ਤੁਸੀਂ ਫਿਲ ਕਰਨੀ ਹੈ ਤੁਸੀਂ ਫਿਲ ਕਰ ਵੀ ਸਕਦੇ ਹੋ ਜੇ ਨਹੀਂ ਕਰਨੀ ਤਾਂ ਨਹੀਂ ਨਾ ਕਰੋ ਹਨਾ ਕੋਈ ਉਹ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ 1 ਅਕਤੂਬਰ ਤੋਂ ਸ਼ੁਰੂ ਹੋਣੀਆਂ ਨੇ ਗਿਆ ਤੁਸੀਂ ਖੁਦ ਜਿਹੜਾ ਹੈਗਾ ਦੇਖ ਸਕਦੇ ਹੋ ਸੀਆਈਸੀ ਨਿਊਜ਼ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗਾ ਤੁਸੀਂ ਪੂਰਾ ਪ੍ਰੋਪਰ ਜਿਹੜਾ ਇਸ ਚੀਜ਼ ਨੂੰ ਪੜ੍ਹ ਸਕਦੇ ਹੋਗੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਰਟੀਕਲ ਦਾ ਜਿਹੜਾ ਤੁਹਾਨੂੰ ਸਕਰੀਨਸ਼ਾਟ ਵੀ ਜਿਹੜਾ ਸ਼ੇਅਰ ਕਰੂੰਗਾ ਤੇ ਉਸ ਦੇ ਨਾਲ ਜੋ ਹਦਾਇਤਾਂ ਨੂੰ ਖਤਮ ਕੀਤਾ ਗਿਆ ਉਸ ਦੇ ਬਾਰੇ ਵੀ ਤੁਹਾਨੂੰ ਸਕਰੀਨਸ਼ਾਟ ਸ਼ੇਅਰ ਕਰੂੰਗਾ ਜੋ ਕੈਨੇਡਾ ਦੇ ਵਿੱਚ ਵੀ ਕੁਝ ਚੀਜ਼ਾਂ ਨੂੰ ਜਿਹੜਾ ਖਤਮ ਕੀਤਾ ਗਿਆ ਜਿਵੇਂ ਮਾਸਕ ਨੂੰ ਲੈ ਕੇ ਤਾਂ ਜਿੱਥੇ ਜ਼ਿਆਦਾ ਗੈਦਰਿੰਗ ਹੁੰਦੀ ਆ ਉੱਥੇ ਤੁਸੀਂ ਮਾਸਕ ਪਹਿਨਣਾ ਥੋੜਾ ਬਹੁਤਾ ਬਟ ਜਿੱਥ ਤਾਂ ਖਾਸ ਕਰਕੇ ਜੋ ਇੰਡੀਆ ਤੋਂ ਟਰੈਵਲ ਕਰ ਰਹੇ ਨੇ ਜਾਂ ਫਿਰ ਅਦਰ ਕੰਟਰੀਜ਼ ਤੋਂ ਟਰੈਵਲ ਕਰ ਰਹੇ ਨੇਗੇ ਉਹਨਾਂ ਵਾਸਤੇ ਬਹੁਤ ਵੱਡੀ ਗੁੱਡ ਨਿਊਜ਼ ਬਣ ਜਾਂਦੀ ਹੈ ਕਿ ਤੁਹਾਨੂੰ ਹੁਣੇ ਨਾ ਤਾਂ ਅਰਾਈਵ ਕੈਨ ਐਪ ਦੀ ਜ਼ਰੂਰਤ ਹੈਗੀ ਨਾ ਤੁਹਾਨੂੰ ਵੈਕਸੀਨੇਸ਼ਨ ਸਰਟੀਫਿਕੇਟ ਦੀ ਜ਼ਰੂਰਤ ਹੈਗੀ ਆ ਤੇ ਨਾ ਹੀ ਤੁਹਾਡੇ ਜਿਹੜੇ ਹੈਗਾ ਮਤਲਬ ਕਿ ਟੈਸਟ ਹੋਣਾ ਚਾਹੀਦਾ ਕੋਵਿਡ-19 ਦਾ ਇਹ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ 1 ਅਕ 1 ਅਕਤੂਬਰ ਤੋਂ ਪਹਿਲਾ ਪਹਿਲਾ ਜੇਕਰ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਸੋਨੇ ਸਾਰੇ ਜਿਹੜਾ ਦਿਖਾਉਣੀ ਹੈ ਪੈ ਸਕਦੀਆਂ ਨੇ ਗਿਆ ਤਾ ਸੋਟ ਲਈ ਇਹ ਜਿਹੜੀ ਕਨਫਰਮੇਸ਼ਨ ਸ਼ੇਅਰ ਕਰਨੀ ਸੀ ਤੇ ਜੇ ਕਿਸ ਨੂੰ ਇਸ ਦੇ ਉੱਤੇ ਹੋਰ ਡਿਟੇਲਸ ਵੀਡੀਓ ਚਾਹੀਦਾ ਤੁਸੀਂ ਉਹ ਦੱਸ ਸਕਦੇ ਹੋਗੇ ਬਟ ਇਹੀ ਇੱਕ ਗੁੱਡ ਨਿਊਜ਼ ਜਿਹੜੀ ਆਪਣੇ ਸਾਹਮਣੇ ਆਈ ਸੀ ਤਾਂ ਸਿਰਫ ਐਨਾ ਓਕੇ ਜੀ ਥੈਂਕ ਯੂ